ਲੋ ਬਾਈ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਕਰਤਾਰ ਟਾਈਟਰ 4x4 69 ਤੇ ਬਾਈ ਹੋਣੀ ਆਪਣੇ ਨਾਲ ਵੀਰ ਹੋਣੀ ਆਪਣੇ ਨਾਲ ਏਜੰਸੀ ਵਾਲੇ ਖੜੇ ਨੇ ਆਪਣੇ ਕੋਲ ਅਤੇ ਆਪਾਂ ਸਾਰੀ ਗੱਲਬਾਤ ਬਾਈ ਹੋਣਾਂ ਦਾ ਕਰਦੇ ਹਾਂ ਕਿ ਕਿੰਨੀ ਹੋਰਸ ਪਾਵਰ ਟਾਈਟਰ ਆ, ਕੀ ਇਹਦਾ ਪ੍ਰਾਈਸ ਵਗੈਰਾ, ਕੀ ਇਹਦਾ ਰਿਪੋਰਸ ਆ। ਵੀਰ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰੇ ਅੰਦਰ ਵੀ ਕੀ ਹਾਲ ਚਾਲ ਆ। ਪਹਿਲਾਂ ਆਪਣੀ ਲੋਕੇਸ਼ਨ ਦੱਸ ਦਿਓ, ਆਪਾਂ ਆਪਣੀ ਲੋਕੇਸ਼ਨ 'ਤੇ ਕਿਹੜੀ ਖੜੇ ਅਸਾਂ ਜਗਰਾਓ ਮੋਗਾ ਰੋਡ 'ਤੇ, ਬਿਜਲੀ ਘਰ ਦੇ ਕੋਲ, ਮੇਰਾ ਚੌਂਕ ਵੀ ਕੋਲ ਆ ਜਾਂਦਾ ਅਤੇ ਸ਼ੇਰਪੁਰਾ ਚੌਂਕ ਵੀ ਕੋਲ ਜਾਂਦਾ, ਉਹਦੇ ਵਿਚਾਲੇ ਆ ਜਾਂਦੇ ਨਾ। ਫਿਰ ਅੱਜ ਆਪਾਂ ਗੱਲਬਾਤ ਕਰੀਏ ਆਪਾਂ ਕਰਤਾਰ ਟਾਈਟਰ ਦੀ, ਤੈਨੂੰ ਫਿਰ ਆਈ ਨੂੰ ਮਾਰਕੀਟ ਦੇ ਵਿੱਚ ਕਿੰਨਾ ਕੁ ਸਮਾਂ ਹੋਊਗਾ? ਸਾਲ ਡੇਢ ਸਾਲ ਹੋ ਗਿਆ ਅਤੇ ਕਿੰਨਾ ਕੁ ਰਿਸਪੋਂਸ ਮਿਲਦਾ ਆਪਣੇ ਕਿਸਾਨ ਵੀਰਾਂ ਵੱਲੋਂ? ਚੰਗਾ ਮਿਲ ਰਿਹਾ। ਅਤੇ ਉਸ ਤੋਂ ਬਾਅਦ ਜੀ ਆਪਾਂ ਨੰਬਰ 2 'ਤੇ ਗੱਲਬਾਤ ਕਰੀਏ ਵੀ ਟਾਇਰ ਕਿੰਨੇ ਦੇ ਉਹਦੇ ਨੂੰ? 16x28 ਦੇ ਆ ਨਾ। ਅਤੇ ਮੂੰਹ 'ਤੇ ਕਿੰਨੇ ਆਉਂਦੇ ਆ? 9x9x24 ਦੇ 4x4 ਟਰੈਕਟਰ ਆ। ਇਹ ਆਪਾਂ ਗੱਲਬਾਤ ਕਰੀਏ ਵੀ ਹੌਸ ਪਾਵਰ ਵੀ ਕਿੰਨੀ ਹੈ ਜੀ? ਕਈ ਵਾਰ ਜਾਣ ਕੇ ਟੋਇਲ ਵਗੈਰਾ ਪਾਉਂਦੇ ਜਿਵੇਂ ਬਲਾਕ ਪਾੜ ਜਾਂਦਾ ਵਿਚਾਲਿਆਂ ਦਾ, ਇਹਨਾਂ ਬਲਾਕ ਪਾੜੂਗਾ ਇਹ ਸਾਰਾ ਸੈੱਟ ਮੇਰੇ ਕੰਪਨੀ ਫਿਟਡ ਬੰਪ ਆ ਪਰ ਇਹ ਹੈਗੇ 20 ਕਲਰ ਇੱਕ ਆ। ਕਿੰਨਾ ਵੇਟ ਆ? 1, 2, 3, 4, 5, 6 ਇੱਕ ਕੁਇੰਟਲ 20 ਹੈ ਨਾ, ਅਤੇ 40-50 ਕਲਰ ਉਹ ਹੋਊਗਾ। 1 70-80 ਜਾਣੀ ਕਿ 1 ਕੁਇੰਟਲ 70-80 ਕੁਇੰਟਲ ਮੂਹਰੇ ਆਉਂਦਾ ਹੋਣਾ ਨਾ। ਪਿੰਡ ਸੋਹਣਾ ਵੀ ਬਹੁਤ ਹੈ ਯਾਰ, ਹਾਂ। ਅਤੇ ਬਾਕੀ ਮੇਰੇ ਹੋਰ ਖੂਬੀਆਂ ਕੀ ਆ? ਗੇਰਾਂ ਗੂਰਾਂ ਦੀ ਆਪਾਂ ਗੇਅਰ ਬਾਰੇ ਵੀ ਜਾਣਕਾਰੀ ਦੇ ਦਈਏ। ਗੱਲਬਾਤ ਕਰੀਏ ਚੜ੍ਹਨ ਦੀ, ਜਿਹੜਾ ਪੈਰ ਰੱਖ ਕੇ ਉੱਪਰ ਚੜ੍ਹਨਾ, ਬੜਾ ਵਧੀਆ ਦਿੱਤਾ ਹੋਇਆ ਸਿਸਟਮ। ਫਿਰ ਆ ਫੁੱਟ ਰੈਸ ਆ ਜਿਹੜਾ ਗਾਹਾਂ, ਜਿਹੜਾ ਪਲੇਟ ਜਿਹੜੀ ਪਲੇਟ ਦਿੱਤੀ ਆ ਬਹੁਤ ਜ਼ਿਆਦਾ ਚੌੜੀ ਦਿੱਤੀ। ਫਿਰ ਇੱਥੇ ਇੱਧਰ ਸਾਡਾ ਹੱਥ ਫੜ ਕੇ ਗਾਹਾਂ ਚੜ੍ਹਨ ਵਾਸਤੇ ਕੋਈ ਬੰਦਾ, ਬਜ਼ੁਰਗ ਬੰਦਾ ਕੋਈ ਚੜ੍ਹਨਾ ਤਾਂ ਜਵਾਕ ਨਹੀਂ ਅਸੀਂ ਚੜ੍ਹਨਾ, ਤਾਂ ਉਹਨੂੰ ਚੜ੍ਹਨ ਵਾਸਤੇ ਬਹੁਤ ਸੌਖਾ ਕੰਮ ਉੱਥੇ ਕਰਕੇ ਜਲਦੀ ਦਿੱਤਾ ਬੈਠਣ ਵਾਸਤੇ। ਉਧਰਲੀ ਸਾਈਡ ਵੀ ਉਹੀ ਦਿੱਤੀ ਹੋਈ ਫੁੱਟ ਰੈਸ, ਉੱਧਰ ਵੀ ਦਿੱਤਾ ਪੈਰ ਰੱਖ ਤਾਂ ਚੜ੍ਹਨ ਵਾਸਤੇ। ਅਤੇ ਗੇਰਾਂ ਦੀ ਗੱਲਬਾਤ ਕਰਦੇ ਆ ਜਾ ਵੀਰੇ, ਆਹ ਹੋ ਗਿਆ ਵੀਰੇ ਰਿਵਰਸ ਫੋਰਵਰਡ, ਠੀਕ ਆ। ਉਸ ਤੋਂ ਬਾਅਦ ਆ ਗਿਆ ਜੀ, ਉਸ ਤੋਂ ਬਾਅਦ ਆ ਗਿਆ ਜੀ ਆਪਣਾ ਆਹ ਫੋਰ ਵੀਲ ਡਰਾਈਵ ਤੇ ਫੋਰ ਵੀਲ ਤੇ ਟੂ ਵੀਲ, ਹਾਂ ਜੀ। ਇਹ ਆ ਗਿਆ ਦਾ ਚਾਰ ਗੇਅਰ ਸਿੱਧੇ ਓਦਾਂ ਹੋ ਗਏ। ਫਿਰ ਉਸ ਤੋਂ ਬਾਅਦ ਇਹਦਾ ਰਿਵਰਸ ਜਾਣੀ ਫੋਰਵਰਡ ਰਿਵਰਸ ਦੇ ਵਿੱਚ ਹੋ ਗਿਆ। ਫਿਰ ਆ ਗਿਆ ਜੀ ਇਹਦਾ ਆਹ ਟੂ ਵੀਲ ਅਤੇ ਫੋਰ ਵੀਲ ਡਰਾਈਵ, ਅਤੇ ਆਹ ਕੀ ਇਹਦਾ ਚੌਕ ਆ ਗਈ, ਇਹਦਾ ਇਹਦੀ ਚੌਕ ਆ, ਇਹ ਚੌਕ ਆ ਗਈ। ਹੋਰ ਲੜਾ ਕੋਈ ਕਰਤਾ? ਅੱਛਾ, ਯਾਨੀ ਇੱਥੋਂ ਪੀਡੀ ਚੱਕ ਕੇ ਇਹਨੂੰ ਇੱਦਾਂ ਪੈ ਜਾਣੀ ਹੈ ਨਾ। ਆਹ ਪੀਡੀ ਬਾਈ ਇਹਦੇ ਦੂਜਾ ਹੋਲਾ ਡਾਂਗੂ ਕਰਤੀ ਜਿਵੇਂ 36 ਦੀ ਆਉਂਦੀ ਆ,
ਆਲੈਂਡ ਜਾਣੀ ਦੋਨਾਂ ਦੀ ਸਾਰਿਆਂ ਦੀ 36 30 55 30 ਸਾਰਿਆਂ ਦੀ ਆਉਂਦੀ ਹੈ ਇਹ, ਪਰ ਉਹਨਾਂ ਦੀ ਜਾਣੀ ਸੱਜੇ ਪਾਸੇ ਆਉਂਦੀ, ਇਹਨਾਂ ਦੀ ਆਪਾਂ ਕਰਤੀ ਖੱਬੇ ਪਾਸੇ। ਭਾਜੀ ਕੋਈ ਸੈਕਿੰਡ ਹੈਂਡ ਟਰੈਕਟਰ ਹੈਗਾ ਫੋਰਾਜ? ਫਿਰ ਉਸ ਤੋਂ ਅੱਜ ਆਪਾਂ ਗੱਲਬਾਤ ਹੀ ਕਰੀਏ ਸਟੇਅਰ ਮੁੜੀ ਸਟੇਅਰ ਪਾਵਰ ਸਟੇਅਰ ਆ ਫੋਰ ਵੀਲਰ ਡਰਾਈਵਰ ਵਿੱਚ ਕਰਕੇ, ਉਹਦੇ ਬਾਅਦ ਮੀਟਰ ਆ ਗਏ, ਡੀਜ਼ਲ ਆ ਗਿਆ, ਗਰਮ ਠੰਡਾ ਹੋ ਗਿਆ ਅਤੇ ਪ੍ਰੈਸ਼ਰ ਹੋ ਗਿਆ, ਬੈਟਰੀ ਵਾਲਾ ਹੋ ਗਿਆ, ਆਰ ਪੀ ਐਮ ਹੋ ਗਿਆ। ਇਹਦੇ ਬਾਰੇ ਪਹਿਲੀ ਸਰਵਿਸ ਬਾਰੇ ਜਦ ਦੇਖੀਏ ਜੀ, ਪਹਿਲੀ ਸਰਵਿਸ ਕਿੰਨੇ ਕਿੰਨੇ ਘੰਟੇ ਰਹਿੰਦੇ ਸਰ? 50 ਘੰਟੇ ਰਹਿੰਦੇ। ਦੂਸਰੀ 500 ਘੰਟੇ। ਫਿਰ ਉਹ ਗੱਲਬਾਤ ਕਰੀਏ ਸ਼ੀਸ਼ਾ ਪਲਾਂਟ ਦੇ ਵਿੱਚ, ਕੰਪਨੀ ਦੇ ਸ਼ੀਸ਼ਾ ਸ਼ੀਸ਼ਾ ਹੋ ਵਧੀਆ ਯਾਰ, 3D ਹੋ ਗਿਆ, ਹਾਂ 3D ਹੋ ਗਿਆ ਕਣ ਕੇ ਵੀ ਆਪਾਂ ਨੂੰ ਬਾਈ ਆ ਇਧਰਲੀ ਸਾਈਡ ਸ਼ੀਸ਼ਾ ਲਾਉਣ ਦੀ ਲੋੜ ਨਹੀਂ, ਨਾ ਆਪਾਂ ਨੂੰ ਬਾਈ ਇਧਰਲੀ ਸਾਈਡ ਸ਼ੀਸ਼ਾ ਲਾਉਣ ਦੀ ਲੋੜ ਆ। ਆਹ ਸ਼ੀਸ਼ੇ ਦੇ ਬਾਈ ਸਾਹਮਣੇ ਬੈਠ ਕੇ ਸਾਰੀ ਚੀਜ਼ਾਂ ਸਾਰੀ ਚੀਜ਼ਾਂ ਦੇਖਦੀਆਂ ਅਤੇ ਛੱਤਰੀ ਵਗੈਰਾ ਉੱਪਰ ਹੱਦ ਵਾਲੀ ਛੱਤਰੀ ਆ ਅਤੇ ਇੱਧਰ ਸਾਡਾ ਆ ਗਈ ਰੇਸ ਆ। ਹੋਰ ਵੀ ਕੀ ਖੂਬੀ ਆ ਬਾਈ? ਇੱਕ ਨਹੀਂ ਰਹਿ ਗਈ ਹੋਰ ਦੱਸਣ ਵਾਲੀ ਬਾਈ, ਆਹ ਦੇਖੋ ਪੈਰਾਂ ਨੂੰ ਹਵਾ ਪੈਣ ਤੋਂ, ਗਰਮ ਗਰਮ ਹਵਾ ਆਉਣ ਤੋਂ ਸਾਹਮਣੇ ਤੇਜ਼ ਆਣ ਕੇ ਗਾਰਡ ਦਿੱਤੇ ਹੋਏ ਆ, ਲੈਗ ਗਾਰਡ ਕਹਿ ਦਿੰਦੇ ਆਪਾਂ ਇਹਨਾਂ ਨੂੰ, ਇਹ ਵੀ ਦਿੱਤੇ ਹੋਏ ਆ ਵਿੱਚ ਕਰਤਾਰ ਦਾ, ਉਹਦਾ ਮਾਰਕਾ ਦਿੱਤਾ ਹੋਇਆ ਕਰਤਾਰ। ਇੱਦਾਂ ਬਈ ਇਹ ਕਰਤਾਰ ਆਉਂਦੀ ਆ, ਪਹਿਲਾਂ ਮਸ਼ੀਨ ਆਉਂਦੀ ਆ ਬਹੁਤ ਜ਼ਿਆਦਾ ਮਸ਼ਹੂਰ, ਇਹ 500 ਪੀ ਡੀ ਆ, ਜਿਹੜੀ 540 ਜਿਹੜੀ ਪੀ ਡੀ ਰਵਸ ਵੀ ਆ, ਰਵਸ ਪੀ ਡੀ ਓ ਅਤੇ ਕਰੰਟ ਜਾਣਾ ਨਹੀਂ, ਕਰੰਟ ਜਾਣਾ ਹੀ ਹੈ, ਕਰੰਟ ਪਿੱਛੇ ਪਿੱਛੇ ਰਹਿ ਗਿਆ। ਇਹ ਆਪਣੇ ਬੈਟਰੀ ਨਾਲ ਵਾਇਰਿੰਗ ਸਾਰੀ ਕੱਟ ਹੋ ਗਈ, ਕੱਟ ਆਫ ਹੋ ਗਿਆ ਜਦੋਂ ਇਹਨੂੰ ਆਪਾਂ ਆਫ ਕਰਦੇ। ਮੇਨ ਜੀ ਇਹਦੇ ਵਿੱਚ ਆਪਣਾ ਕਾਪਰ ਦਾ ਆਉਂਦਾ ਜੀ ਰੈਜੀਰੇਟਰ, ਜਿਹੜੇ ਮਗਰ ਸਾਈਡ ਜਿਹੜੇ ਵੇਟ ਆਉਂਦੇ ਆ ਉਹ 36 ਦਾ ਜੀ, 36 ਕਿਲੋ ਦਾ ਇੱਕ ਆਉਂਦਾ ਵੇਟ ਅਤੇ ਕੰਪਨੀਆਂ ਨੇ ਉਹ ਸਾਰਾ ਕੁਛ ਸੈੱਟ ਆਉਂਦਾ ਅਤੇ ਇਹਦੀਆਂ ਲੈਂਕਾਂ ਦੀ ਅਡਜਸਟਮੈਂਟ ਉਹ ਸੋਚਾਂ ਦੀ ਮੈਂ ਤੁਹਾਨੂੰ। ਆਹ ਪੀ ਡੀ ਓ ਲੈਫਟ ਬਹੁਤ ਵਧੀਆ, ਜਿਹੜੀ ਆ ਹੱਕ ਦਿੱਤੀ ਆ, ਕਈਆਂ ਦੀ ਹੱਕ ਕੱਢਣੀ ਪੈਂਦੀ ਆ ਪੀ ਡੀ ਓ, ਜਦੋਂ ਆਪਾਂ ਪੀ ਡੀ ਓ ਚਲਾਉਣੀ ਨਾਲ ਸ਼ਾਫਟ ਪਾਉਣੀ ਨਾਲੇ ਗਿਆ ਨਾਲ ਹੱਕ ਲਾਉਣੀ ਪੈਂਦੀ ਸੀ, ਪਰ ਇਹ ਕਰਤਾਰ ਦੇ ਲਾਉਣੀ ਨਹੀਂ ਪਊਗੀ, ਜੇ ਆਪਾਂ ਚੱਲਦੀ ਉੱਚੀ ਕਰਦੇ ਤਾਂ ਉੱਚੀ ਕਰਕੇ ਪੈ ਜਾਣੀ, ਆਪਾਂ ਸਾਹ ਕਰਕੇ ਪੈ ਜਾਣੀ ਆ, ਨਹੀਂ ਹੱਕ ਥੱਲੇ ਸਹੀ ਆ ਹੱਕ ਨਾਲ ਪੀ ਡੀ ਓ ਕੱਢਣੀ ਪੈਂਦੀ, ਹੱਕ ਲਾਉਣੀ ਪੈਂਦੀ, ਇਹ ਟਰੈਕਟਰ ਲਾਉਣੀ ਨਹੀਂ ਪਊਗੀ, ਇਹ ਬਹੁਤ ਸੌਖਾ ਕੰਮ ਆ। ਫੁੱਲ ਹੈਵੀ ਦੇ ਵਿੱਚ ਇੱਕ ਜ ਫਿਰ ਆਹ ਇੱਕ ਲੋਕ ਬਚਾ, ਦੂਜੇ ਕਰਤੇ ਗੁੱਲੀਆਂ ਕਰਤੀਆਂ, ਇਹ ਵੀ ਬਹੁਤ ਵਧੀਆ ਕੀਤਾ ਹੋਇਆ, ਕਈਆਂ ਲਈ ਅਡਜਸਟਮੈਂਟ ਕਰਨ ਵਾਲੇ ਦੂਜੀਆਂ ਪਿੰਨਾਂ ਰੱਖੀਆਂ ਹੁੰਦੀਆਂ ਨੇ, ਉਹ ਕਹਿੰਦੇ ਪੈਨ ਆਪਾਂ ਸੁੱਟਤੀ, ਕਦੇ ਨਾ ਪਾਈ, ਉਹ ਵੀ ਸਿਸਟਮ ਗਲਤ ਆ, ਗੁੱਲੀ ਜਿਸ ਅਗਲਾ ਕੱਢੂ ਉਸ 'ਚ ਗੁੱਲੀ ਪਾ ਦੂਗਾ, ਇਹ ਵੀ ਸਿਸਟਮ ਵਧੀਆ ਹੋ ਗਿਆ। 540 ਕੌਣ ਵੀ ਰਹੀ ਲੀਵਰ, ਪੀ ਡੀ ਓ ਦਾ ਲੀਵਰ ਅਲੱਗ ਹੋ ਗਿਆ, ਮਤਲਬ ਆਪਣਾ ਟਰੈਕਟਰ ਦੇ ਚੱਕਰ ਘੱਟ ਰੱਖਣੇ ਆ, ਤੇਲ ਦੀ ਬਚਤ ਵੀ ਹੋਊਗੀ, ਸਫਾਈ ਦਾ ਸਰ ਹੁਣ ਇਹ ਘੰਟੇ ਦਾ ਕਿੰਨਾ ਕਿਹੜਾ ਅਸੀਂ ਬੇਟਾ ਮੰਨ ਲਓ ਵੀ ਸੁਪਰ ਸੀਟਰ ਚਲਾਉਂਦੇ ਕਿੰਨਾ ਕੁ ਤੇਲ ਖਾਜੂ ਅੰਦਾਜ਼ਾ? ਕਿੰਨਾ ਕੁ ਕਹਿੰਦੀ 8 ਕਿਲੀਟਰ ਦਾ, ਯਾਨੀ ਕਿ 8 ਕਿਲੀਟਰ ਹੋਣੀ ਆਪਣਾ ਹਾਲੈਂਡ ਦਾ ਦੇਖ ਲਿਓ 11 ਲੀਟਰ ਖਾਂਦਾ ਆਮ, ਸਾਰੇ 10-11 ਲੀਟਰ ਖਾਂਦੇ ਆ, 10-11, 10-11, 12 ਦਸ ਤੋਂ 12 ਦੀ ਐਵਰੇਜ ਪਾਉਂਦੇ ਆਮ, ਆਮ ਵੱਡੇ ਬੇਟਾ ਜਿਹੜੇ ਇਹ ਕਿੰਨੇ ਆ 100 ਲੀਟਰ ਸੀਗਾ, 60 HP ਦੇ ਵਿੱਚ ਹੈ ਨਾ, ਡੰਡਾ ਡੁੰਡਾ ਵਗੈਰਾ ਡੰਡੇ ਦੀ ਸੇਫਟੀ ਵਾਸਤੇ ਡੰਡਾ ਡੰਡਾ ਲੋਕ ਵੀ ਲੱਗ ਪਾਈ ਹੋਣ ਇਹਨੂੰ ਦਿੱਤਾ ਕੰਪਨੀ ਨੇ, ਅਤੇ 2 ਆ ਗਏ ਇਹਦੇ ਬਾਈ ਜੀ ਮਗਰ ਜਿਹੜਾ ਡਿਸਟ੍ਰੀਬਿਊਟਰ ਅਤੇ ਬੋਤਲ ਹੋਲਡਰ ਵੀ ਵਿੱਚ ਨਾਲ ਦਿੱਤਾ ਹੋਇਆ, ਬੋਨਟ ਦੇਖੀ ਜਾ ਕੇ ਮਾੜਾ ਹੈਗੀ ਲੈਂਦੀ ਜਾ ਵੀ ਚੱਕੀ ਬੋਨਟ, ਇਹ ਟਰਬੋ ਆਉਂਦਾ ਕਿ ਦੂਜਾ ਨੋਨ, ਇਹ ਨੋਨ ਟਰਬੋ ਆ, ਨੋਨ ਟਰਬੋ ਆ, ਲਓ ਜੀ ਸਾਨੂੰ ਦਿਖਾਈਏ ਇੰਜਣ,
ਕਰਤਾਰ ਟਰੈਕਟਰ ਦਾ ਇੰਜਣ ਛੋਕਰ ਲੱਗਿਆ ਪਹਿਲੀ ਗੱਲ ਤਾਂ ਜੀ ਵੱਡੀ ਮੇਨ ਗੱਲ ਛੋਕਰਾਂ ਦੀ ਆ ਛੋਕਰਾਂ ਦੀ ਤਾਂ ਇਹ ਛੋਕ ਖੜ ਜਾਂਦੀ ਆ ਨਹੀਂ ਆਮ ਆਪਾਂ ਦੂਜੇ ਆਪਾਂ ਲੋਕ ਲਾਉਣਾ ਪੈਂਦਾ ਇਹਦੇ ਵਿੱਚ ਡਬਲ ਛੋਕਰ ਦੇਖ ਵੀ ਸਕਦੇ ਹਾਂ ਅਤੇ ਬਾਕੀ ਇਹਦੇ ਵਿੱਚ ਕੂਲੈਂਟ ਇਹ ਨੋਨ ਟਰਬੋ ਟਰੈਕਟਰ ਸੱਠ ਐਚ ਪੀ ਦੇ ਵਿੱਚ ਆ ਟਰੈਕਟਰ ਬਈ ਜ਼ੋਰ ਬਹੁਤ ਮਾਰਦਾ ਆਮ ਜਿਹੜਾ ਟਰੀਰ ਵੀਰ ਕਾਲ ਕੋਲ ਹੋਊਗਾ ਸਾਨੂੰ ਪਤਾ ਹੋਊ ਕਿੰਨੇ ਸਿਲੰਡਰ ਟਰੈਕਟਰ ਹੈ ਇਹ ਚਾਰ ਸਿਲੰਡਰ ਟਰੈਕਟਰ ਆ ਅਤੇ ਬਾਕੀ ਰੇਡੀਏਟਰ ਦੇਖੋ ਰੇਡੀਏਟਰ ਦਾ ਕਿਹੜਾ ਕਾਪਰ ਦਾ ਕਿ ਦੂਜਾ ਰੇਡੀਏਟਰ ਬਾਈ ਜਿਹੜਾ ਕਾਪਰ ਦਾ ਸਾਈਡ ਦੀ ਬੈਟਰੀ ਜੇ ਆਪਣਾ ਕੀਮਤ ਦੀ ਗੱਲਬਾਤ ਕਰੀਏ ਤਾਂ ਕਿੰਨੀ ਕੁ ਕੀਮਤ ਆ ਬਾਈ ਇਹਦੀ ਕੀਮਤ ਬਾਈ 11-35 ਆ ਜੀ 11-35 ਆ ਜਿਵੇਂ ਖੜਾ ਇਦਾਂ ਹਾਂਜੀ ਇਦਾਂ ਜੀ ਪੂਰਾ ਜਾਣੀ ਛੱਤੀ ਛੁੱਤੀ ਸਾਨੂੰ ਬੇਟਾ ਬੂਟਾ ਸਣੇ ਜੀ ਸਾਰਾ ਜਿਵੇਂ ਇਦਾਂ ਡਾਕਟਰ ਜਿਵੇਂ ਖੜਾ ਬਣੇ ਬਣੇ 11-35 ਦਾ ਬਿਲਕੁਲ ਹੋਰ ਕੁਛ ਬਾਈ ਜਿਹੜਾ ਕੋਈ ਦੱਸਣ ਯੋਗ ਰਹਿ ਗਿਆ ਹੋਵੇ ਹੋਰ ਚੀਜ਼ ਦੱਸ ਦੇ ਕੋਈ ਰਹਿ ਗਈ ਜਿਹੜੀ ਹੋਰ ਆਪਣੀ ਇਹਦੇ ਵਿੱਚ ਆ ਗਿਆ ਸੈਂਸਰ ਇਹਦਾ ਆਇਲ ਦਾ ਡੀਜ਼ਲ ਆ ਗਈ ਇਹਦੇ ਫਿਕਸ ਆ ਗਏ ਜੀ ਡੀਜ਼ਲ ਫਿਲਟਰ ਤੇ ਆਪਣਾ ਸਰਵਿਸ ਤੋਂ ਏਦਾਂ ਹੀ ਖੁੱਲੇ ਜਾਣਾ ਜੀ ਕਰਤਾਰ ਕਿੰਨੀ ਵਧੀਆ ਹੁੰਦੀ ਸੀ ਨਾ ਬੈਸੀ ਟਰੈਕਟਰ ਇਹਨਾਂ ਨੇ ਕੱਢਦਾ ਟਰੈਕਟਰ ਅੰਨਾ ਜ਼ੋਰ ਹੋਊਗਾ 60 horsepower ਮੈਂ ਤੁਸੀਂ ਕਹਿੰਦੇ ਆ ਪਰ ਮੰਨ ਲਓ ਅਸੀਂ ਸਾਡੇ ਮੁਤਾਬਕ ਬਾਰੇ 65-70 horsepower ਟਰੈਕਟਰ ਬਣੇ ਜਦੋਂ ਅਸੀਂ ਇਹਨੂੰ 15 ਹਲ ਪਾ ਲੈਣਾ ਚਲੋ 15 ਹਲਾਂ ਨੂੰ ਕੁਛ ਨੀ ਗਾ ਲੈਣਾ ਇਹਨੇ ਲਓ ਜੀ ਵੀਡੀਓ ਇੱਥੇ ਆਪਣੀ ਹੁੰਦੀ ਹੈ ਜੀ ਬਾਈ ਜੀ ਸਮਾਪਤ ਅਤੇ ਵੀਡੀਓ ਬਾਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਬਾਈ ਚੈਨਲ ਨੂੰ ਬੜੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਰਤਾਰ ਟਰੈਕਟਰ ਲਾਹੜ ਸ਼ਕਤੀ